ਸਤਿ ਸ਼੍ਰੀ ਅਕਾਲ ਤੁਸੀਂ ਸੁਣ ਰਹੇ ਹੋ ਪੰਜਾਬੀ ਬੁਲਟਿਨ ਪੰਜਾਬ ਕਾਂਗਰਸ ਵੱਲੋਂ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਹਰਗੋਬਿੰਦਪੁਰ ਸਾਹਿਬ ਤੋਂ ਮੌਜੂਦਾ ਵਿਧਾਇਕ ਦੀ ਟਿਕਟ ਕੱਟੀ ਗਈ ਹੈ 10 ਦਿਨਾਂ ਕਿ ਟਿਕਟ ਕੱਟਣ ਦੇ ਦਾਤੋਂ ਭਾਜੀਪੀ ਦੇ ਵਿੱਚ ਸ਼ਾਮਲ ਹੋ ਗਏ ਸੀ ਪਰ 6 ਦਿਨ ਬਾਅਦ ਹੀ ਉਹ ਮੁੜ ਵਾਪਸ ਕਾਂਗਰਸ ਵਿੱਚ ਸ਼ਾਮਲ ਹੋ ਗਏ ਸੀ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਉਹਨਾਂ ਨੂੰ ਪਾਰਟੀ ਦੇ ਵਿੱਚ ਮੁੜ ਵਾਪਸ ਸ਼ਾਮਲ ਕੀਤਾ ਗਿਆ ਸੀ ਚਰਚਾ ਚੱਲ ਰਹੀ ਸੀ ਕਿ ਉਹਨਾਂ ਨੂੰ ਟਿਕਟ ਮਿਲ ਸਕਦੀ ਹੈ ਕਾਂਗਰਸ ਦੇ ਵਿੱਚ ਪਰ ਉਨਪਾਰ ਉਹਨਾਂ ਨੂੰ ਨੁਕਸਾਨ ਭੁਗਤਣਾ ਪਿਆ 7 ਦਿਨ ਦੇ ਲਈ ਉਹ ਪਾਰਟੀ ਛੱਡ ਚੁੱਕੇ ਸੀ ਜਿਸ ਦਾ ਨੁਕਸਾਨ ਉਹਨਾਂ ਨੂੰ ਟਿਕਟ ਕਟਵਾ ਕੇ ਭੁਗਤਣਾ ਪਿਆ ਦੱਸਦੀਏ ਕਿ ਉਹਨਾਂ aí ਟਿਕਟ ਕੱਟੀ ਗਈ ਹੈ ਦੱਸਦੀਏ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਹਰਗੋਬਿੰਦਪੁਰ ਸਾਹਿਬ ਤੋਂ ਮਨਦੀਪ ਸਿੰਘ ਨੰਗਲ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਤੇ ਜਿਹੜੇ ਪਾਰਟੀ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਸੀ ਮੁੜ ਕਾਂਗਰਸ ਵਿੱਚ ਵਾਪਸੀ ਉਹਨਾਂ ਨੇ ਕਰ ਲਈ ਸੀ ਉਹਨਾਂ ਦੀ ਟਿਕਟ ਕੱਟ ਦਿੱਤੀ ਗਈ ਹੈ ਬਲਵਿੰਦਰ ਸਿੰਘ ਲਾੜੀ ਦੀ ਟਿਕਟ ਕੱਟ ਦਿੱਤੀ ਗਈ ਹੈ ਕਾਂਗਰਸ ਬੱਲੋ ਜਿਹੜੇ ਪਹਿਲੇ ਦਸ ਜਾਰੀ ਕੀਤੇ ਗਏ ਉਸ ਦੇ ਵਿੱਚ ਬਲਵਿੰਦਰ ਸਿੰਘ ਲਾਡੀ ਦੀ ਟਿਕਟ ਜਿਹੜੀ ਕੱਟ ਦਿੱਤੀ ਗਈ ਹੈ ਉਹ 7 ਦਿਨਾਂ ਦੇ ਲਈ ਉਹਨਾਂ ਨੇ ਪਾਰਟੀ ਛੱਡੀ ਸੀ ਜਿਸ ਦਾ ਨੁਕਸਾਨ ਉਹਨਾਂ ਨੂੰ ਆਪਣੀ ਟਿਕਟ ਕਟਵਾ ਕੇ ਭੁਗਤਣਾ ਪਿਆ